ਚੰਦੂ ਮਹਿਰਾ ਸਾਹਿਬ ਨਵੇਂ ਪ੍ਰਧਾਨ ਬਣੇ ਬਲਵਿੰਦਰ ਸਿੰਘ ਭੁੰਦੜ, ਉਹ ਕਹਿ ਰਹੇ ਕਿ ਹੁਣ ਸੀਜ਼ ਫਾਇਰ ਕਰੋ। ਸਾਰਿਆਂ ਨੂੰ ਅਪੀਲ ਕਰਦਾ, ਤੁਹਾਨੂੰ ਅਪੀਲ ਕਰ ਰਿਹਾ ਕਿ ਪੰਥਲੀ ਇਕੱਠੇ ਹੋ ਜਾਓ, ਦਿੱਲੀ ਦੇ ਖਿਲਾਫ ਇਕੱਠੇ ਹੋ ਜਾਓ, ਹੁਣ ਆਪਸੀ ਗਿਲੇ ਸ਼ਿਕਵੇ ਖਤਮ ਕਰੋ। ਕਹਿੰਦੇ ਸਾਰੀਆਂ ਪਾਵਰਾਂ ਵੀ ਹੁਣ ਭੁੰਦੜ ਸਾਹਿਬ ਕੋਲ ਨੇ। ਇਹ ਗੱਲ ਇਹ, ਜਿੱਥੇ ਤੱਕ ਤਾਂ ਪੰਥਲੀ ਇਕੱਠੇ ਹੋਣ ਦੀ ਗੱਲ ਆ ਤੇ ਦਿੱਲੀ ਨਾਲ ਲੜਨ ਦੀ ਗੱਲ ਆ, ਜਾਂ ਪੰਥ ਕਈ ਮਸਲੇ ਜਿਹੜੇ ਉਹਨਾਂ ਨੂੰ ਹੱਲ ਕਰਨ ਲਈ ਇਕੱਠੇ ਪੰਥ ਨੂੰ ਕਰਨ ਦੀ ਗੱਲ ਆ, ਅਸੀਂ ਉਸਦਾ ਸਵਾਗਤ ਕਰਦੇ ਹਾਂ ਔਰ ਅਸੀਂ ਇਸ ਗੱਲ ਦੇ ਹਾਮੀ ਹਾਂ। ਅਸੀਂ ਤਾਂ ਇਹੀ ਕਹਿੰਦੇ ਰਹੇ ਹਾਂ, ਸਾਹਿਬ ਬਲਵਿੰਦਰ ਸਿੰਘ ਭੁੰਦੜ ਵੀ ਉਹਨਾਂ ਦੇ ਸ਼ਾਮਿਲ ਸੀ, ਜਿਹੜੇ ਹੁਣ ਅਸੀਂ ਵਾਰ ਵਾਰ ਕਹਿੰਦੇ ਰਹੇ, ਸਾਹਿਬ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸੁਝਾਅ ਦਿੰਦੇ ਰਹੇ ਆ, ਉਹ ਉਸ ਨੂੰ ਸਾਡੀ ਗਦਾਰੀ ਕਹੀ ਗਏ, ਉਹ ਬੀਜੇਪੀ ਦਾ ਸਾਜ਼ ਦੱਸੀ ਗਏ, ਉਹ ਨਾਗਪੁਰ ਦਾ ਸੁਨੇਹਾ ਕਹੀ ਗਏ। ਹੁਣ ਤਾਂ ਪਤਾ ਲੱਗ ਗਿਆ ਨਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਪੰਥ ਸਿੰਘ ਸਹਿਮਾਨਾ ਨੇ ਮੋਹਰ ਲਾਤੀ ਕਿ ਅਸੀਂ ਪੰਥ ਦਾ ਸੁਨੇਹਾ ਲੈ ਕੇ ਗਏ ਸੀ, ਅਸੀਂ ਪੰਜਾਬ ਹਿਤੈਸ਼ੀ ਤੇ ਪੰਥ ਹਿਤੈਸ਼ੀਆਂ ਦਾ ਸੁਨੇਹਾ ਲੈ ਕੇ ਗਏ ਸੀ, ਅਸੀਂ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਏ ਸੀ, ਜਿਹਨੂੰ ਸਾਡੀ ਗਦਾਰੀ ਕਹਿਣ ਲੱਗ ਗਏ, ਜਿਹਨੂੰ ਸਾਡਾ ਵਿਰੋਧ ਲਾ ਕੇ ਕਹਿਣ ਕਰਨ ਲੱਗ ਗਏ। ਤੇ ਅੱਜ ਜੇ ਸਾਹਿਬ ਬਲਵਿੰਦਰ ਸਿੰਘ ਭੁੰਦੜ ਮਤਲਬ ਪੰਥਕ ਹਿੱਤਾਂ ਲਈ ਤੇ ਦਿੱਲੀ ਦੇ ਵਿਰੁੱਧ ਲੜਨ ਲਈ ਪੰਥ ਦੇ ਏਕਤਾ ਦੇ ਵਿੱਚ ਇਕੱਠਾ ਹੋਣ ਲਈ ਤਿਆਰ ਨੇ ਤਾਂ ਅਸੀਂ ਤਾਂ ਸਵਾਗਤ ਕਰਾਂਗੇ। ਹੁਣ ਇਕੱਠੇ ਹੋਵੋਗੇ ਤੁਸੀਂ ਭੁੰਦੜ ਹੋਰਾਂ ਦੀ ਪ੍ਰਧਾਨਗੀ ਮਨਜ਼ੂਰ ਆ? ਉਹ ਤੋਂ ਪਹਿਲਾਂ ਸਾਹਿਬ ਭੁੰਦੜ ਸਾਹਿਬ ਨੂੰ ਮਤਲਬ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਜ਼ਰੂਰ ਕਹਿਣਾ। ਕਹਿੰਦੇ ਟੈਕਨੀਕਲ ਤੌਰ ਤੇ ਅਜੇ ਅਸਤੀਫਾ ਨਹੀਂ ਹੋ ਸਕਦਾ ਨਵਾਂ ਪ੍ਰਧਾਨ, ਇਸ ਕਰਕੇ ਨਹੀਂ ਚੁਣਿਆ ਜਾ ਸਕਦਾ, ਡੈਲੀਗੇਟ ਚੁਣਦੇ ਐਕਟ ਹੀ ਕਹਿੰਦਾ, ਕਿਉਂਕਿ ਇਹ ਐਕਟ ਨਹੀਂ ਕਹਿੰਦਾ, ਇਹ ਤਾਂ ਪ੍ਰਧਾਨਗੀ ਤੋਂ ਤਾਂ ਕੋਈ ਰੋਕ ਨਹੀਂ ਸਕਦਾ, ਇਹ ਤਾਂ ਜਾਇਦਾਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪਾਵਰਾਂ ਦਿੱਤੀਆਂ ਔਰ ਸੁਖਬੀਰ ਵੀ ਕਹਿ ਰਹੇ ਕਿ ਨਿਮਾਣਾ ਸਿੱਖ ਹੋ ਕੇ ਜਾ ਰਹੇ ਦਿੱਤਾ, ਉਹੀ ਤਾਂ ਅਸੀਂ ਕਹਿੰਦੇ ਹਾਂ ਇੱਕ ਨਿਮਾਣੇ ਸਿੱਖ ਦੇ ਤੌਰ ਤੇ, ਇੱਕ ਆਮ ਸਿੱਖ ਦੇ ਤੌਰ ਤੇ ਉਹਨਾਂ ਨੂੰ ਵਿਚਰਨਾ ਚਾਹੀਦਾ, ਜਾਇਦਾਦ ਸਾਹਿਬ ਦਾ ਆਦੇਸ਼ ਆ ਤੇ ਉਹਦੀ ਪਾਲਣਾ ਕਰਨੀ ਚਾਹੀਦੀ ਹੈ। ਫਿਰ ਪਾਰਟੀ ਪ੍ਰਧਾਨ ਇਕੱਠੇ ਹੋਵੋਗੇ, ਪਾਰਟੀ ਪ੍ਰਧਾਨ ਦੇ ਤੌਰ ਤੇ ਨਹੀਂ ਉਹਨਾਂ ਨੂੰ ਜਾਣਾ ਚਾਹੀਦਾ, ਇਕੱਠੇ ਹੋਵੋਗੇ ਭੁੰਦੜ ਹੋਰਾਂ ਦੀ ਪ੍ਰਧਾਨਗੀ ਮਨਜ਼ੂਰ ਹੈ? ਇਹ ਤਾਂ ਪੰਥ ਨੇ ਫੈਸਲਾ ਕਰਨਾ, ਜਾਇਦਾਦ ਸ੍ਰੀ ਅਕਾਲ ਤਖ਼ਤ ਸਾਹਿਬ ਕੀ ਫੈਸਲਾ ਕਰਦੇ ਨੇ, ਔਰ ਮੈਂ ਸਮਝਦਾ ਜਦੋਂ ਪੰਥ ਦੀ ਏਕਤਾ ਦੀ ਗੱਲ ਆ, ਜਦੋਂ ਪੰਥਕ ਧਿਰਾਂ ਨੂੰ ਜੋੜਨ ਦੀ ਗੱਲ ਆ, ਫਿਰ ਤਾਂ ਆਮ ਸਹਿਮਤੀ ਨਾਲ ਕੋਈ ਗੱਲ ਹੋਏਗੀ ਨਾ, ਉਹਨੂੰ ਅਸੀਂ ਪ੍ਰਵਾਨ ਕਰਾਂਗੇ ਜਦੋਂ ਆਮ ਸਹਿਮਤੀ ਨਾਲ ਗੱਲ ਹੋਏਗੀ, ਕਿਉਂਕਿ ਜ਼ਰੂਰੀ ਆ ਕਿ ਅੱਜ ਜਿਹੜਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ, ਪਹਿਲਾਂ ਤਾਂ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹਦੇ ਪੂਰੀ ਇਮਾਨਦਾਰੀ ਨਾਲ ਸਤਿਕਾਰ ਨਾਲ ਉਹਦੇ ਫੁੱਲ ਚੜਾਉਣੇ ਚਾਹੀਦੇ ਆ, ਔਰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ, ਬਲਕਿ ਆਪਣੇ ਵਰਕਰਾਂ ਨੂੰ, ਪਾਰਟੀ ਦੇ ਜਿਹੜੇ ਸਿਹਰਦ ਲੋਕ ਨੇ, ਪੰਥ ਪ੍ਰਸਤ ਲੋਕ ਨੇ, ਉਹਨਾਂ ਨੂੰ ਇਮਤਿਹਾਨ ਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜਿਹੜੀ ਪਰੰਪਰਾ ਮਰਿਆਦਾ ਇਹ ਆ ਵੀ ਜਿਹੜਾ ਤਨਖਾਹੀਆ ਕਰਾਰ ਦਿੱਤਾ ਜਾਵੇ ਉਹ ਮਤਲਬ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖੇ ਜਾ ਸਕਦੇ, ਇਹ ਪਰੰਪਰਾ ਇਹ ਮਰਿਆਦਾ ਤੇ ਪ੍ਰਚਾਰ ਨਹੀਂ ਕਰ ਸਕਦੇ ਤੇ ਇਸ ਕਰਕੇ ਆਪਣੇ ਵਰਕਰਾਂ ਨੂੰ ਇਮਤਿਹਾਨ ਚ ਨਾ ਪਾਉਣ ਸਾਹਿਬ ਸਿੰਘ ਬਾਦਲ, ਉਹ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਉਹ ਵੱਡੇ ਹਿੱਤਾਂ ਲਈ, ਪੰਥਕ ਹਿੱਤਾਂ ਲਈ ਮਤਲਬ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਔਰ ਵਾਰ ਵਾਰ ਆਪਣੇ ਸਾਥੀਆਂ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ, ਔਰ ਵਾਰ ਵਾਰ ਪੰਥਕ ਰਵਾਇਤਾਂ ਤੇ ਪਰੰਪਰਾਵਾਂ ਨੂੰ ਮਧੋੜਨਾ ਨਹੀਂ ਚਾਹੀਦਾ, ਜਿਹੜੀਆਂ ਬਹੁਤ ਮਧੋੜੀਆਂ ਗਈਆਂ। ਜਾਇਦਾਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਹੜੀ ਬੜੀ ਹੈਰਾਨੀ ਵਾਲੀ ਆ, ਬੜੀ ਮਤਲਬ ਸੰਜੀਦਾ ਗੱਲ ਕੀਤੀ ਆ ਕਿ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਏ ਫੈਸਲਿਆਂ ਨੇ ਪੰਥ ਨੂੰ ਬਹੁਤ ਨੁਕਸਾਨ ਕੀਤਾ, ਸਿੱਖੀ ਸਰੂਪ ਨੂੰ ਬਹੁਤ ਵੱਡਾ ਨੁਕਸਾਨ ਕੀਤਾ, ਤੇ ਸਿੱਖੀ ਦੀ ਜਿਹੜਾ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਕੌਮ ਦਾ ਨੁਕਸਾਨ ਹੋਇਆ, ਸੋ ਇਹ ਵਾਰ ਵਾਰ ਨਾ ਹੋਵੇ ਤੇ ਇਹਦੇ ਬੰਨ ਨੂੰ ਬੰਨਣਾ ਚਾਹੀਦੇ ਆ ਸਾਰਿਆਂ ਨੂੰ ਰਲ ਕੇ, ਤੇ ਮੈਂ ਸਮਝਦਾ ਇਹ ਇੱਕ ਜੇ ਦਿਲੋਂ ਇਹ ਗੱਲ ਆ
ਕਿ ਅਸੀਂ ਦਿੱਲੀ ਦੀਆਂ ਜਾਤੀਆਂ ਵਿਰੁੱਧ ਲੜੀਏ, ਪੰਥ ਵਿਰੋਧੀ ਸ਼ਕਤੀਆਂ ਦੇ ਵਿਰੁੱਧ ਲੜੀਏ, ਪੰਜਾਬ ਤੇ ਪੰਜਾਬੀਆਂ ਨੂੰ ਇਨਸਾਫ ਦਵਾਉਣ ਲਈ ਲੜੀਏ, ਤੇ ਸ਼੍ਰੋਮਣੀ ਅਕਾਲੀ ਦਲ ਦਾ ਰੋਹਬ ਦਬਕਾ ਸਤਿਕਾਰ ਪਹਿਲਾਂ ਵਾਲਾ ਹੋਵੇ ਤਾਂ ਲਾਜ਼ਮੀ ਤੌਰ ਤੇ ਸਾਨੂੰ ਇਮਾਨਦਾਰੀ ਨਾਲ ਨਿਰਪੱਖ ਤੌਰ ਤੇ ਚੱਲਣ ਦੀ ਲੋੜ ਆ। ਉਹਦੇ ਲਈ ਜਿਹੜਾ ਵੀ ਚੱਲੇਗਾ, ਚਾਹੇ ਭੁੰਦੜ ਸਾਹਿਬ ਨੇ, ਚਾਹੇ ਕੋਈ ਹੋਰ ਲੀਡਰ ਆ, ਤਾਂ ਅਸੀਂ ਉਹਦਾ ਸਵਾਗਤ ਕਰਾਂਗੇ। ਪਰ ਇਹ ਫੈਸਲਾ ਇੱਕ ਨਿਰਪੱਖ ਤੌਰ ਤੇ ਪੰਥਕ ਵਿਚਾਰਧਾਰਾ ਅਨੁਸਾਰ ਹੀ ਹੋਣਾ ਚਾਹੀਦਾ।